ਮੁੱਖ ਮੰਤਰੀ ਲਗਾਤਾਰ ਹਾਰ ਦੇ ਉੱਤੇ ਮੰਥਨ ਕਰ ਰਹੇ ਨੇ। ਅੱਜ ਬਠਿੰਡਾ ਤੇ ਫਰੀਦਕੋਟ ਦੇ ਵਿਧਾਇਕਾਂ ਉਮੀਦਵਾਰਾਂ ਦੇ ਨਾਲ ਬੈਠਕ ਕੀਤੀ ਗਈ ਔਰ ਕੀ ਕੁਝ ਵਜ੍ਹਾ ਰਹੀ ਹਾਰ ਦੀ, ਇਸ ਦੀ ਰਿਪੋਰਟ ਲਿੱਤੀ ਗਈ। ਗੱਲਬਾਤ ਕਰ ਲੈਂਦੇ ਹਾਂ, ਮੁੱਖ ਮੰਤਰੀ ਨੇ ਕੀ ਗੁਰੂ ਮੰਤਰ ਦਿੱਤੇ ਨੇ, ਕੀ ਹਾਰ ਦੇ ਕਾਰਨ ਰਹੇ, ਕੀ ਕੁਝ ਵਜ੍ਹਾ ਰਹੀ, ਕਿਵੇਂ ਅੱਗੇ ਤਿਆਰੀ ਕਰਨ ਨੂੰ ਕਿਹਾ? ਸਾਰਾ ਆਤਮ ਮੰਥਨ ਹੋਇਆ ਜੀ। ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਕਮੀਆਂ ਰਹੀਆਂ ਨੇ, ਉਹਨਾਂ ਕਮੀਆਂ ਦਾ ਲੇਖਾ ਜੋਖਾ ਕੀਤਾ ਗਿਆ ਔਰ ਹਦਾਇਤਾਂ ਦਿੱਤੀਆਂ ਗਈਆਂ ਸੀ ਐਮ ਸਾਹਿਬ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕਮੀਆਂ ਨੂੰ ਦੂਰ ਕਰਨਾ, ਘਰ ਘਰ ਜਾਣਾ ਔਰ ਡਿਵੈਲਪਮੈਂਟ ਦੇ ਕੰਮ ਆ ਜਿਹੜੇ ਇਸੇ ਤਰ੍ਹਾਂ ਹੀ ਬੜੀ ਹੋਰ ਵੀ ਤੇਜ਼ੀ ਦੇ ਨਾਲ ਕੀਤੇ ਜਾਣ। ਬਠਿੰਡਾ ਤੇ ਫਰੀਦਕੋਟ 'ਚ ਕੀ ਖਾਮੀਆਂ ਤੁਹਾਨੂੰ ਤੁਸੀਂ ਦੱਸੀਆਂ, ਕੀ ਇਹ ਵਜ੍ਹਾ ਰਹੀ ਹਾਰ ਦੇ ਕਾਰਨ ਦੀ? ਦੇਖੋ, ਜਿਹੜੀ ਫਰੀਦਕੋਟ ਦੀ ਗੱਲ ਆ, ਉਹ ਇੱਕ ਮੌਕੇ 'ਤੇ ਆ ਕੇ ਲਹਿਰ ਬਣੀ ਆ। ਜਿਸ ਤਰ੍ਹਾਂ 2022 ਦੇ ਵਿੱਚ ਸਾਡੀ ਲਹਿਰ ਬਣੀ ਸੀ ਅਤੇ ਬਾਕੀ ਜਿੱਥੇ ਜਿੱਥੇ ਅਸੀਂ ਕੋਈ ਰਾਬਤਾ ਕਾਇਮ ਨਹੀਂ ਕਰ ਸਕੇ, ਉੱਥੇ ਉੱਥੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਾਬਤਾ ਕਾਇਮ ਕਰਾਂਗੇ। ਕੀ ਵਿਧਾਇਕ ਉਸ ਤਰੀਕੇ ਨਾਲ ਪਰਫੋਰਮ ਨਹੀਂ ਕਰ ਪਾਏ ਜਾਂ ਲੋਕਾਂ 'ਚ ਨਹੀਂ ਵਿਚਰ ਪਾਏ? ਵਿਧਾਇਕਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਕੈਂਡੀਡੇਟ ਸਾਹਿਬ ਮੌਜੂਦ ਸਨ ਔਰ ਕੈਂਡੀਡੇਟ ਸਾਹਿਬ ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਵੀ ਕਿਸੇ ਵੀ ਵਿਧਾਇਕ ਨੇ ਕੋਈ ਕਮੀ ਨਹੀਂ ਛੱਡੀ, ਪਰ ਫਿਰ ਵੀ ਜਿੱਤ ਨਹੀਂ ਸਕੇ, ਕੋਈ ਗੱਲ ਨਹੀਂ, ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿਆਰੀ ਦੇ ਨਾਲ। ਅੱਗੋਂ ਪੰਚਾਇਤੀ ਚੋਣਾਂ ਆ ਰਹੀਆਂ, ਨਗਰ ਨਿਗਮ ਚੋਣਾਂ ਆ ਰਹੀਆਂ, ਉਸ ਬਾਬਤ ਵੀ ਚਰਚਾ ਹੋਈ ਕਿ ਲੋਕਾਂ 'ਚ ਜਾਇਆ ਜਾਵੇ? ਬਿਲਕੁਲ ਜੀ, ਬਿਲਕੁਲ, ਇਹ ਚਰਚਾ ਹੋਈ ਹੈ ਕਿ ਸਖ਼ਤ ਮਿਹਨਤ ਕਰਨੀ ਹੈ, ਘਰਾਂ ਦੇ ਵਿੱਚ ਬੈਠਣਾ ਨਹੀਂ, ਚੰਡੀਗੜ੍ਹ ਆ ਕੇ ਡੇਰੇ ਨਹੀਂ ਲਾਉਣੇ, ਲੋਕਾਂ ਦੇ ਵਿੱਚ ਜਾਣਾ, ਜੋ ਕਮੀਆਂ ਹੋਈਆਂ ਨੇ ਉਹਨਾਂ ਨੂੰ ਦੂਰ ਕਰਨਾ, ਜੋ ਖੂਬੀਆਂ ਨੇ ਉਹਨਾਂ ਦੇ ਵਿੱਚ ਵਾਧਾ ਕਰਨਾ। ਦੂਜਾ ਵੀ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਉਹ ਦਿੱਲੀ 'ਚ ਜਾ ਕੇ ਕਹਿ ਰਹੇ ਨੇ ਕਿ ਅਸੀਂ ਤਾਂ ਹਾਈਕਮਾਂਡ ਨੂੰ ਪਹਿਲਾਂ ਹੀ ਕਿਹਾ ਸੀ ਪੰਜਾਬ 'ਚ ਅਲਾਇੰਸ ਨਾ ਕਰੋ, ਦਿੱਲੀ 'ਚ ਅਲਾਇੰਸ ਕੀਤਾ, ਜੇਕਰ ਦਿੱਲੀ 'ਚ ਅਲਾਇੰਸ ਨਾ ਕੀਤਾ ਹੁੰਦਾ ਤਾਂ ਦਿੱਲੀ 'ਚ ਵੀ ਕਾਂਗਰਸ ਨੇ 3 ਸੀਟਾਂ ਜਿੱਤ ਜਾਣੀਆਂ ਸੀ, ਅਸੀਂ ਪੰਜਾਬ 'ਚ ਨਹੀਂ ਕੀਤਾ, ਅਸੀਂ 7 ਸੀਟਾਂ ਜਿੱਤ ਗਏ। ਦਿੱਲੀ 'ਚ ਕਾਂਗਰਸ ਪਾਰਟੀ ਦੀਆਂ 2019 ਦੇ ਵਿੱਚ ਕਿੰਨੀਆਂ ਸੀਗੀਆਂ ਜੀ? ਇਸ ਕਰਕੇ ਜਿਹੜੀ ਦਿੱਲੀ ਦੇ ਲੋਕਾਂ ਦੀ ਹੋਰ ਫਿਤਰਤ ਆ, ਪੰਜਾਬ ਦੇ ਲੋਕਾਂ ਦੀ ਹੋਰ ਫਿਤਰਤ ਆ। ਅਸੀਂ ਜਿਹੜੇ 3 ਬਹੁਤ ਸ਼ਾਨਦਾਰ ਮਾਰਜਨ ਨਾਲ ਜਿੱਤ ਹਾਸਲ ਕੀਤੀ ਆ, ਇਹ ਉਸ ਗੱਲ ਦੀ ਅਸੀਂ ਖੁਸ਼ੀ ਵੀ ਮਹਿਸੂਸ ਕਰਦੇ ਹਾਂ, ਪਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਅਸੀਂ। ਪ੍ਰਤਾਪ ਬਾਜਵਾ ਕਹਿੰਦੇ ਕਿ ਜੇ ਦਿੱਲੀ ਪੰਜਾਬ ਵਾਲਾ ਮਾਡਲ ਅਪਣਾ ਲੈਂਦੀ ਤਾਂ ਫਿਰ ਦਿੱਲੀ 'ਚ ਵੀ ਸੀਟਾਂ ਆਉਣੀਆਂ। ਇਹਦਾ ਫਿਰ ਉਹਨਾਂ ਦੇ ਪ੍ਰਤਾਪ ਬਾਜਵਾ ਦੇ ਜਿਹੜੇ ਲੀਡਰ ਸਾਹਿਬਾਨ, ਉਹਨਾਂ ਨੇ ਦੇਖਣਾ ਸੀ ਨਾ, ਜਾਂ ਤਾਂ ਫਿਰ ਪ੍ਰਤਾਪ ਬਾਜਵਾ ਜੀ ਇੰਨੇ ਤਾਕਤਵਰ ਹੁੰਦੇ ਫਿਰ ਉਹਨਾਂ ਨੂੰ ਮਨਾ ਲੈਂਦੇ। ਇਸ ਕਰਕੇ ਜੋ ਹੋਇਆ ਅਸੀਂ ਸਮਝਦੇ ਹਾਂ ਠੀਕ ਹੋਇਆ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਿਹਨਤ ਕਰਾਂਗੇ। 1000 ਮਹਿਲਾਵਾਂ ਵਾਲਾ ਉਹ ਵੀ ਫੈਕਟਰ ਸੀਗਾ? ਫੈਕਟਰ ਬਿਲਕੁਲ ਅਸੀਂ ਇਗਨੋਰ ਨਹੀਂ ਕਰ ਸਕਦੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੂਰ ਹੋ ਜਾਊਗਾ। ਕੰਗਣਾ ਰਣਾਵਤ ਨੂੰ ਲੈ ਕੇ ਵੱਖੋ ਵੱਖ ਬਿਆਨ ਨਜ਼ਰ ਆ ਰਹੇ, ਤੁਸੀਂ ਕਿਸ ਤਰੀਕੇ ਨਾਲ ਦੇਖ? ਦੇਖੋ ਜੀ, ਕੰਗਣਾ ਰਣਾਵਤ ਪਹਿਲਾਂ ਕਹਿੰਦੀ ਪੰਜਾਬ 'ਚ ਖਾਲਿਸਤਾਨੀ ਅਤੇ ਅੱਤਵਾਦ ਪਣਪ ਰਿਹਾ। ਨਹੀਂ ਨਹੀਂ, ਅਸਲ ਵਿੱਚ ਉਹ ਪਹਿਲਾਂ ਬੁਰਾ ਬੋਲਦੀ ਰਹੀ ਹੈ, ਕਿਸਾਨਾਂ ਨੂੰ, ਕਿਸਾਨ ਔਰਤਾਂ ਨੂੰ ਬੁਰਾ ਬੋਲਦੀ ਰਹੀ ਹੈ, ਜਿਹਦੇ ਸਿੱਟੇ ਵਜੋਂ ਉਹਨੂੰ ਇਹ ਝੱਲਣਾ ਪਿਆ। ਇਸ ਕਰਕੇ ਕੋਈ ਅੱਤਵਾਦਕ ਵਾਲੀ ਗੱਲ ਨਹੀਂ, ਕੋਈ ਖਾਲਿਸਤਾਨ ਵਾਲੀ ਗੱਲ ਨਹੀਂ, ਪੰਜਾਬ ਦੇ ਲੋਕ ਬੜੇ ਬੁੱਧੀਮਾਨ ਸਿਆਣੇ ਲੋਕ ਨੇ ਪਰ ਅਣਖੀਲੇ ਵੀ ਨੇ। ਇਸ ਕਰਕੇ ਜੇ ਕੰਗਣਾ ਨੇ ਆਪਦੀ ਜ਼ਬਾਨ ਦੇ ਵਿੱਚੋਂ ਮਾੜਾ ਕੋਈ ਲਫ਼ਜ਼ ਬੋਲਿਆ ਤਾਂ ਉਹਦਾ ਉਹਨੂੰ ਸਜ਼ਾ ਭਰਨੀ ਪਈ। ਚਲੋ, ਧੰਨਵਾਦ। ਤਾਂ ਹਾਰ ਤੇ ਮੰਥਨ ਲਗਾਤਾਰ ਜਾਰੀ ਹੈ। ਆਪਣੇ ਸਹਿਯੋਗੀ ਵਿਨੋਦ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।